भारती वास्ते जदोजहद कर रहे नौजवान दोस्तों, मैं करमजीत माणूके सूबा कमेटी मैंबर नौजवान भारत सभा अपने संघर्ष करके अज मोगे साडी गिरफ्तारी हुई सीगी ते उन्हां सारे नौजवान वधाई दे पात्र आ जिन्हां ने सारा मोगा जाम करके सानू रिहा करवाया। दोस्तों आपां भारती च अपने नाल जो धक्केशाही हुई आ ਉਹਦੇ खिलाफ अपने अपने ਜ਼ਿਲ੍ਹਿਆਂ 'ਚ जदोजहद कर रहे हैं। ਅਸੀਂ ਵੀ ਮੋਗੇ 'ਚ पिछले 5 ਦਿਨਾਂ ਤੋਂ कर रहे हैं। ਕਈਆਂ ਦੇ WhatsApp ਤੇ ਮੈਸੇਜ ਆ ਰਹੇ ਆ, ਕਈ ਫੋਨ ਕਰ ਰਹੇ ਆ ਕਿ ਆਪਾਂ ਚੰਡੀਗੜ੍ਹ ਚੱਲੀਏ, ਆਪਾਂ ਜਲੰਧਰ ਚੱਲੀਏ, ਆਪਾਂ ਉਹ ਕਰੀਏ, ਆਪਾਂ ਉਹ ਕਰੀਏ। ਦੇਖੋ, ਇਹ ਸੰਘਰਸ਼ਾਂ ਵਾਸਤੇ ਫੋਨਾਂ ਤੇ ਸਲਾਹ ਨਹੀਂ ਹੁੰਦੀਗੀ, ਫੋਨਾਂ ਰਾਹੀਂ ਵਿਉਂਤਬੰਦੀ ਨਹੀਂ ਬਣਦੀਗੀ। ਸੰਘਰਸ਼ ਵਾਸਤੇ ਜੁੜ ਕੇ ਬੈਠਣਾ ਪੈਂਦਾ, ਸਿਰ ਜੋੜ ਕੇ ਵਿਚਾਰ ਕਰਨੀ ਪੈਂਦੀ ਹੈ। ਦਿੱਲੀ ਬਾਰਡਰਾਂ ਤੇ ਜਿਹੜਾ ਆਪਾਂ ਮੋਰਚਾ ਜਿੱਤਿਆ ਉਹਨੇ ਆਪਾਂ ਨੂੰ ਸਿਖਾਤਾ ਕਿ ਇੱਕ ਮਤ ਹੋ ਕੇ ਜੇ ਚੱਲਾਂਗੇ ਤਾਂ ਫੇਰ ਹੀ ਜਿੱਤ ਪ੍ਰਾਪਤ ਕਰਾਂਗੇ। ਸੋ ਅਸੀਂ ਇਹ ਹੁਣੇ ਫੈਸਲਾ ਕੀਤਾ ਕਿ ਸਾਰੇ ਪੰਜਾਬ ਦੇ ਜਿਹੜੇ ਹੈੱਡ ਕਾਂਸਟੇਬਲ ਭਰਤੀ ਦੇ ਦਾਅਵੇਦਾਰ ਨੌਜਵਾਨ ਜਦੋਜਹਦ ਕਰ ਰਹੇ ਆ, ਧੱਕੇਸ਼ਾਹੀ ਦਾ ਸ਼ਿਕਾਰ ਹੋਏ ਆ ਜਿਹੜੇ, ਉਹਨਾਂ ਨੂੰ ਮੋਗੇ ਇਕੱਠੇ ਕੀਤਾ ਜਾਵੇ। ਸੋ ਕੱਲ ਨੂੰ ਅਸੀਂ ਗੁਰਦੁਆਰਾ ਸਾਹਿਬ ਬਸਤੀ ਗੋਬਿੰਦਗੜ੍ਹ ਗਲੀ ਨੰਬਰ 3 ਲੁਧਿਆਣਾ ਰੋਡ ਮੋਗਾ ਵਿਖੇ ਇੱਕ ਮੀਟਿੰਗ ਬੁਲਾਈ ਆ ਸਾਰੇ ਪੰਜਾਬ ਦੀ ਤੇ ਸਾਰੇ ਨੌਜਵਾਨਾਂ ਨੂੰ ਸਾਡੀ ਇਹ ਬੇਨਤੀ ਆ ਕਿ ਇਸ ਮੀਟਿੰਗ ਦੇ ਵਿੱਚ ਤੁਸੀਂ ਸ਼ਾਮਲ ਹੋਵੋ। ਮੈਂ ਫਿਰ ਐਡਰੈਸ ਦੁਬਾਰਾ ਦੁਹਰਾ ਰਿਹਾ, ਐਡਰੈਸ ਹੈਗਾ ਗੁਰਦੁਆਰਾ ਸਾਹਿਬ ਬਸਤੀ ਗੋਬਿੰਦਗੜ੍ਹ ਗਲੀ ਨੰਬਰ 3 ਲੁਧਿਆਣਾ ਰੋਡ ਮੋਗਾ। ਇਹ ਮੋਗੇ ਸ਼ਹਿਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਆ। ਇੱਥੇ ਅਸੀਂ ਸਾਰੇ ਕੱਲ੍ਹ ਨੂੰ ਇਕੱਠੇ ਹੋ ਕੇ ਮੀਟਿੰਗ ਕਰਾਂਗੇ। ਸਾਰੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਜਿਹੜੇ ਪੁਲਿਸ ਕਾਂਸਟੇਬਲ ਭਰਤੀ ਦੀ ਧੱਕੇਸ਼ਾਹੀ ਦੇ ਖਿਲਾਫ ਸੰਘਰਸ਼ ਕਰ ਰਹੇ ਆ ਤੇ ਨੌਕਰੀ ਵਾਸਤੇ ਲੜ ਰਹੇ ਆ, ओपन ट्रायल की मांग नूं लैके बाकी आपकी भर्ती पारदर्शी तरीके नाल कराउण वास्ते उन्हां नूं सारिआं नूं बेनती है कि सारे जिन्हां दे नौजवान कल नूं वड्डी गिणती च मोगे विखे मीटिंग च पहुंचो। कल नूं आपां विरोधबंदी बना के सारी इकट्ठी प्लानिंग बना के फिर परसों जिहड़ा एक्शन जलंधर बनदा, किते भी सलाह बनदी ओह आपां करांगे। पर कल नूं आपां एक वारी मीटिंग च इकट्ठे होइए। नौजवान भारत सभा वल्लों तुहानूं सद्दा दिंदे आ। तुहाडे सारिआं दा बहुत बहुत धन्नवाद।